कार्टून टीवी। पूतनी बनी करवाली। एक पिंड विच रमेश नाम दा मुंडा अपदे बेबे बापू जी दे नाल रहंदा सी। रमेश हुण वड्डा हो गया सी अते उहदे व्याह दे लई उहदे घर वाले उहदे लई कुड़ी लभ रहे सन। रमेश लकड़ियां दा काम करदा सी, इसलिए उहनूं जंगल दे विच आना जाना पैंदा सी। एक दिन उह जंगल देख रहा सी ते उदों ही उहदी नज़र एक बोर दे दरख्त ते पई अते उह दरख्त नूं देख के बोलिया, ਕਿੰਨਾ ਵੱਡਾ ਦਰਖਤ ਹੈ, ਲੱਗਦਾ ਹੈ ਬਹੁਤ ਪੁਰਾਣਾ ਹੈ। ਅੱਛਾ ਜੀ, ਜੇ ਆਪਾਂ ਇਹਨੂੰ ਕੱਟਦੇ ਹਾਂ ਤਾਂ ਸਾਨੂੰ ਬਹੁਤ ਕਮਾਈ ਹੋਊਗੀ। ਪਰ ਇਹ ਬਹੁਤ ਪੁਰਾਣਾ ਹੈ, ਜਾਂ ਫਿਰ ਇਹ ਬੋਲੋ ਕਿ ਇਹ ਸਾਡੀ ਇਮਾਨਤ ਹੈ, ਇਸ ਲਈ ਇਹਨੂੰ ਕੱਟਣਾ ਸਹੀ ਨਹੀਂ। ਵੈਸੇ ਵੀ ਆਪਾਂ ਉਹਨਾਂ ਦਰਖਤਾਂ ਨੂੰ ਹੀ ਕੱਟਦੇ ਹਾਂ ਜਿਹੜੇ ਸੁੱਕੇ ਹੋਣ ਜਾਂ ਜਿਨ੍ਹਾਂ ਦਾ ਮਰਨ ਦਾ ਟਾਈਮ ਆ ਗਿਆ ਹੋਵੇ। ਇਹ ਬੋਲ ਕੇ ਰਮੇਸ਼ ਅੱਗੇ ਵੱਧ ਗਿਆ, ਪਰ ਉਹ ਉਸ ਬੋਰਡ ਦੇ ਦਰਖਤ ਨੂੰ ਆਪਦੇ ਦਿਮਾਗ ਦੇ ਵਿੱਚੋਂ ਕੱਢ ਨਹੀਂ ਪਾ ਰਿਹਾ ਸੀ। ਅਤੇ ਫਿਰ ਉਹ ਬੋਰਡ ਦਾ ਦਰਖਤ ਮੈਨੂੰ ਮੇਰੀ ਨਾਨੀ ਦੇ ਘਰ ਦੀ ਯਾਦ ਆਉਂਦਾ ਹੈ, ਪਰ ਨਾਨੀ ਤਾਂ ਰਹੀ ਨਹੀਂ ਤਾਂ ਉਹ ਦਰਖਤ ਵੀ ਕੱਟ ਦਿੱਤਾ ਗਿਆ। ਅਤੇ ਇਹਨੂੰ ਦੇਖ ਕੇ ਇਹ ਲੱਗਿਆ ਕਿ ਮੈਂ ਫਿਰ ਆਪਦੇ ਬਚਪਨ ਦੇ ਵਿੱਚ ਚਲਾ ਗਿਆ ਹਾਂ। ਕਿੰਨੇ ਵਧੀਆ ਦਿਨ ਸੀ। ਬੋਰਡ ਦੇ ਦਰਖਤ ਦੇ ਨਾਲ ਇੰਨਾ ਪਿਆਰ ਹੋਣ ਕਰਕੇ ਰਮੇਸ਼ ਹਰ ਰੋਜ਼ ਉੱਥੋਂ ਆਉਣ ਜਾਣ ਲੱਗਿਆ। ਪਰ ਰਮੇਸ਼ ਇਸ ਗੱਲ ਤੋਂ ਅਣਜਾਣ ਸੀ ਕਿ ਹਰ ਰੋਜ਼ ਕੋਈ ਉਹਦੀ ਇਹ ਹਰਕਤ ਨੂੰ ਦੇਖ ਰਿਹਾ ਹੈ। ਉਸ ਬੋਰਡ 'ਤੇ ਇੱਕ ਭੂਤਨੀ ਸੀ ਜਿਹਨੂੰ ਰਮੇਸ਼ ਨਾਲ ਪਿਆਰ ਹੋ ਗਿਆ ਸੀ। ਉਹ ਰੋਜ਼ ਰਮੇਸ਼ ਦੇ ਆਉਣ ਦਾ ਇੰਤਜ਼ਾਰ ਕਰਦੀ। ਜਦੋਂ ਵੀ ਰਮੇਸ਼ ਉੱਤੇ ਆਉਂਦਾ ਤਾਂ ਉਹ ਬਿਨਾਂ ਅੱਖਾਂ ਝਪਕਾਏ ਉਹਨੂੰ ਦੇਖਦੀ ਰਹਿੰਦੀ। ਇਸ ਤਰ੍ਹਾਂ ਇੱਕ ਦਿਨ ਭੂਤਨੀ ਸੋਚਦੀ ਹੈ, ਕਦੋਂ ਤੱਕ ਇਹ ਸਾਫ ਦਿਲ ਮੁੰਡੇ ਨੂੰ ਰੋਜ਼ ਵੇਖਦੀ ਰਵਾਂਗੀ। ਮੈਨੂੰ ਇਹ ਬਹੁਤ ਚੰਗਾ ਲੱਗਦਾ ਹੈ। ਕੁਝ ਨਾ ਕੁਝ ਤਾਂ ਕਰਨਾ ਹੀ ਪਊਗਾ ਤਾਂ ਕਿ ਮੈਂ ਇਹਦੇ ਨਾਲ ਗੱਲ ਕਰ ਸਕਾਂ, ਇਹਨੂੰ ਜਾਣ ਵੀ ਸਕਾਂ। ਇਹ ਸੋਚ ਕੇ ਪੂਤਨੀ ਆਪਦੀ ਸ਼ਕਤੀਆਂ ਦੇ ਨਾਲ ਰਮੇਸ਼ ਦੇ ਬਾਰੇ 'ਚ ਹਰ ਚੀਜ਼ ਪਤਾ ਕਰ ਲੈਂਦੀ ਹੈ। ਰਮੇਸ਼ ਦੇ ਬਾਰੇ 'ਚ ਪਤਾ ਚੱਲਣ ਤੋਂ ਬਾਅਦ ਉਹ ਰਮੇਸ਼ ਨਾਲ ਵਿਆਹ ਕਰਨ ਦਾ ਫੈਸਲਾ ਕਰਦੀ ਹੈ। ਉਹਦੇ ਨਾਲ ਗੱਲਬਾਤ ਕਰਨ ਦੇ ਲਈ ਪੂਤਨੀ ਇੱਕ ਸੋਹਣੀ ਜਿਹੀ ਕੁੜੀ ਦਾ ਰੂਪ ਲੈ ਲੈਂਦੀ ਹੈ। ਹਰ ਰੋਜ਼ ਦੀ ਤਰ੍ਹਾਂ ਰਮੇਸ਼ ਫਿਰ ਉੱਥੇ ਆਉਂਦਾ ਹੈ, ਪਰ ਉਸ ਜਗ੍ਹਾ 'ਤੇ ਇੱਕ ਸੋਹਣੀ ਜਿਹੀ ਕੁੜੀ ਨੂੰ ਬੈਠਿਆ ਦੇਖ ਉਹਦਾ ਦਿਲ ਬਾਗੋ ਬਾਗ ਹੋ ਜਾਂਦਾ ਹੈ ਅਤੇ ਰਮੇਸ਼ ਉਸ ਕੁੜੀ ਨਾਲ ਗੱਲ ਕਰਨ ਜਾਂਦਾ ਹੈ। ਮੈਂ ਕਿਹਾ ਜੀ, ਤੁਸੀਂ ਇੰਨੇ ਘਣੇ ਜੰਗਲ ਦੇ ਵਿੱਚ ਕੀ ਕਰ ਰਹੇ ਹੋ? ਇਹੀ ਸਵਾਲ ਜੇ ਮੈਂ ਤੁਹਾਡੇ ਤੋਂ ਪੁੱਛਾਂ ਤਾਂ? ਹਾਂ ਹਾਂ ਜ਼ਰੂਰ, ਮੈਂ ਤਾਂ ਵੈਸੇ ਇੱਥੇ ਰੋਜ਼ ਆਉਂਦਾ ਹਾਂ। ਮੈਂ ਵੀ। ਤੁਹਾਨੂੰ ਤਾਂ ਮੈਂ ਕਦੇ ਦੇਖਿਆ ਨਹੀਂ। ਮੈਂ ਵੀ। ਚਲੋ ਮੈਂ ਤੁਹਾਨੂੰ ਆਪਦੇ ਬਾਰੇ 'ਚ ਦੱਸ ਦਿੰਦਾ ਹਾਂ। ਮੇਰਾ ਨਾਮ ਰਮੇਸ਼ ਹੈ ਅਤੇ ਮੈਂ ਰੋਜ਼ ਇਸ ਟਾਈਮ ਹੀ ਇੱਥੇ ਆਉਂਦਾ ਹਾਂ, ਪਰ ਮੈਂ ਕਦੇ ਵੀ ਤੁਹਾਨੂੰ ਇੱਥੇ ਨਹੀਂ ਦੇਖਿਆ ਤਾਂ ਸੋਚਿਆ ਪੁੱਛ ਲਵਾਂ। ਮੈਂ ਵੀ ਇੱਥੇ ਰੋਜ਼ ਆਉਂਦੀ ਹਾਂ, ਜਾਂ ਇਹ ਸਮਝ ਲਓ ਮੈਂ ਇੱਥੇ ਹੀ ਰਹਿੰਦੀ ਹਾਂ, ਪਰ ਮੇਰਾ ਟਾਈਮ ਤੁਹਾਡੇ ਟਾਈਮ ਤੋਂ ਬਿਲਕੁਲ ਅੱਡ ਹੈ, ਕਿਉਂਕਿ ਮੈਂ ਇੱਥੇ ਸ਼ਾਮ ਨੂੰ ਆਉਂਦੀ ਹਾਂ, ਪਰ ਅੱਜ ਘਰੇ ਕੋਈ ਵੀ ਨਹੀਂ ਸੀ ਤਾਂ ਸੋਚਿਆ ਜਲਦੀ ਚਲੀ ਜਾਵਾਂ। ਵੈਸੇ ਵਧੀਆ ਸੋਚਿਆ ਤੁਸੀਂ। ਕੀ? ਓ ਨਾ ਜੀ ਨਾ, ਉਹ ਕੁਛ ਨਹੀਂ। ਵੈਸੇ ਤੁਸੀਂ ਮੈਨੂੰ ਆਪਦਾ ਨਾਮ ਨਹੀਂ ਦੱਸਿਆ। ਮੇਰਾ ਨਾਮ ਪਾਇਲ ਹੈ ਅਤੇ ਮੈਂ ਇੱਥੇ ਹੀ ਨੇੜੇ ਦੇ ਪਿੰਡ ਵਿੱਚ ਰਹਿੰਦੀ ਹਾਂ। ਮੇਰੇ ਜ਼ਿਆਦਾ ਦੋਸਤ ਤਾਂ ਨਹੀਂ, ਪਰ ਮੈਂ ਇੱਥੇ ਹੀ ਬੋਰਡ ਦੇ ਦਰਖਤ ਦੇ ਥੱਲੇ ਬਹਿ ਜਾਂਦੀ ਹਾਂ। ਵੈਸੇ ਮੇਰਾ ਵੀ ਕੁਛ ਇਹੋ ਜਿਹਾ ਹੀ ਹਾਲ ਹੈ। ਮੈਨੂੰ ਇੱਥੇ ਆ ਕੇ ਆਪਦੇ ਬਚਪਨ ਦੀ ਯਾਦ ਆਉਂਦੀ ਹੈ, ਤਾਂ ਇਸ ਲਈ ਮੈਂ ਇੱਥੇ ਆ ਕੇ ਬਹਿ ਜਾਂਦਾ ਹਾਂ। ਇਸ ਨਾਲ ਪਤਾ ਚੱਲਦਾ ਹੈ ਕਿ ਸਾਡਾ ਇੱਥੇ ਆਉਣ ਦਾ ਇੱਕੋ ਹੀ ਮਕਸਦ ਹੈ। ਇਸ ਤਰ੍ਹਾਂ ਰੋਜ਼ ਰਮੇਸ਼ ਅਤੇ ਭੂਤਨੀ ਮਿਲਣ ਲੱਗਦੇ ਨੇ। ਸਮਾਂ ਲੰਘਦਾ ਹੈ ਅਤੇ ਰਮੇਸ਼ ਨੂੰ ਭੂਤਨੀ ਨਾਲ ਪਿਆਰ ਹੋ ਜਾਂਦਾ ਹੈ। ਆਪਦੇ ਪਿਆਰ ਦੇ ਬਾਰੇ 'ਚ ਦੱਸਣ ਰਮੇਸ਼ ਭੂਤਨੀ ਦੇ ਕੋਲ ਜਾਂਦਾ ਹੈ। ਪਾਇਲ, ਮੈਂ ਤੈਨੂੰ ਕੁਛ ਬੋਲਣਾ ਚਾਹੁੰਦਾ ਹਾਂ। ਬੋਲੋ। ਮੈਂ ਕਾਫੀ ਟਾਈਮ ਤੋਂ ਤੇਰੇ ਨਾਲ ਮਿਲ ਰਿਹਾ ਹਾਂ। ਤੇਰਾ ਇਹ ਭੋਲਾਪਨ, ਤੇਰੀਆਂ ਗੱਲਾਂ, ਇਹਨਾਂ ਦੇ ਨਾਲ ਮੈਨੂੰ ਪਿਆਰ ਹੋ ਗਿਆ ਹੈ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਪਰ ਜੇ ਤੂੰ ਇਹ ਨਹੀਂ ਚਾਹੁੰਦੀ ਤਾਂ ਤੂੰ ਮੈਨੂੰ ਮਨਾ ਵੀ ਕਰ ਸਕਦੀ ਹੈ। ਨਾ ਜੀ ਨਾ, ਉਹ ਗੱਲ ਨਹੀਂ ਹੈ। ਤਾਂ ਕੀ ਗੱਲ ਹੈ? ਮੈਂ ਤੈਨੂੰ ਝੂਠ ਬੋਲਿਆ ਸੀ,
कि मैं नेड़े दे पिंड विच अपने घरवालियां दे नाल रहनी आ, पर हकीकत ता ए है कि मेरा कोई परिवार नहीं है। मैं अनाथ हाँ, अते इस दुनिया दे विच मेरा कोई भी नहीं। मैं एक अनाथ आश्रम दे विच रहनी आ। ता तेनू ए लग्या कि ए गल पता चलन तो बाद मैं तेरे नाल ब्याह करन दी गल आपदे दिल विचो कढ दूंगा? ओ पायल, हुण ता मैं तेरा होर ज्यादा ध्यान रखूंगा, बस तू मेरे नाल व्याह करन दे लई हां ता कह। ठीक है, मैं तेरे नाल व्याह करन दे लई तैयार हां। पुतनी आपदे अनाथ होण दी गल रमेश नू इसलिए दसदी है तां कि रमेश नू ए पता ना चले कि ओ एक पुतनी है, अते बिना कुछ पुछे ही रमेश पुतनी नाल व्याह कर लवे। उते ही पुतनी दे हां बोलदे ही रमेश आपदे घर वालियां नू व्याह दे लई मना लैंदा है, अते कुछ टाइम बाद रमेश अते पूतनी दा व्याह हो जांदा है। व्याह होने तो बाद सब कुछ ठीक चल रहा हुंदा है। रमेश पूतनी दा बहुत ध्यान रखता है, ओदी हर गल मानदा है, उनू किसी भी चीज़ दी कमी नहीं होन दिंदा। ए देख के पूतनी एक दिन सोचती है, रमेश नू झूठ बोल के मैं ओदे नाल व्याह ता कर लिया, पर उनू जदों मेरी असलियत दे बारे च पता चलूगा तां उनू बहुत दुख होगा। रमेश मेरा बहुत ध्यान रखता है, एहो जे बंदे नू मैं धोखा किवें दे सकदी आ। पूतनी रमेश तो आपदी सच्चाई लुको के रखदी है, अते इंज ही काफी दिन लंघ जांदे ने, पर पूतनी दी असलियत रमेश नू पता नहीं चलदी। उते ही रमेश अते पूतनी दा प्यार वादा रहिंदा है, पर एक दिन रमेश दे सच्चा प्यार अते आपदे धोखे नू देखदे होए पूतनी नू बहुत दुख हुंदा है। जदों उनू रमेश नू इस तरह झूठ बोलन दा दुख हुंदा है तां ओ रमेश नू सच्चाई दसन दा फैसला करदी है अते उनू उस बोर्ड दे दरख्त दे कोल लै जांदी है। पायल, तू मैनू इत्थे क्यों लैके आई है? ओ मैं तुहानू इक झूठ बोलिया है। किहो जिहा झूठ? उदों ही पूतनी आपदे असली रूप दे विच आ जांदी है, जिहनू देख के रमेश घबरा गया अते बोलिया, पायल ए की है? रमेश, ए है मेरी हकीकत। मैं इस बोर्ड दे दरख्त ते रहनी आ। जदों तू पहली बार इत्थे आया तां तैनूं वेखदे ही मैनूं प्यार हो गया, जिस तों बाद मैं तेरे नाल व्याह करन दा फैसला लिया। पर तेरे सच्चे प्यार नूं वेख के मैनूं ए एहसास हो गया कि मैनूं तैनूं होर धोखा नहीं देना चाहीदा है। तू हुण आजाद है रमेश, किसे वधिया कुड़ी नाल व्याह करके अपनी जिंदगी गुजार। तू ए क्या सोच रही है कि मेरा व्याह किसी वधिया कुड़ी दे नाल नहीं होया? कोई भी है, मेरे लिए तू मेरी पायल ही है अते हमेशा रहेंगी। मैं तेरे नाल हले भी जिंदगी लंघाण दे लई तैयार हाँ। पायल, तू जेहो जी है मैनू स्वीकार है, बस हुण तू मेरे नाल घर चल। ए सुन के पूतनी बहुत खुश हुंदी है अते कहंदी है, तू बहुत वधिया बंदा है रमेश, पर तेरे कोल हक है कि तू अपना जीवन किसे इंसान दे नाल लगावे। आपां दोवें एक दूजे नाल प्यार करदे हां, इस तो ज्यादा होर की चाहिदा है? मैं इस तरह भी तेरे नाल रहन दे लई तैयार हां। ए सुन के पूतनी रमेश नू मना नहीं कर पांदी अते ओदे नाल जान दे लई हां कर दिंदी है, जिस तो बाद दोवें खुशी खुशी आपदा जीवन इकट्ठे कट्टन लगदे ने अते इस तरह एक पूतनी घरवाली बन जाती है। जे थोनू ये वीडियो पसंद आया होवे तां लाइक शेयर कमेंट जरूर करो, ते सब तो पहला साडे वीडियोज़ देखने लई चैनल सबसक्राइब करो ते बैल आइकन ते क्लिक करना ना भुल्यो।